ਸਤਿ ਸ੍ਰੀ ਅਕਾਲ ਦੋਸਤੋ ਇੱਕ ਹੋਰ ਵੀਡੀਓ ਦੇ ਵਿੱਚ ਸਵਾਗਤ ਹੈ ਤੁਹਾਡਾ ਆਪਾਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਸਵੇਰੇ ਵੀ ਜਦੋਂ ਵੀਡੀਓ ਅਪਲੋਡ ਕੀਤੀ ਸੀ SSCT ਦੀ DTT ਵਾਲੇ ਵਾਸਤੇ ਕਿ ਆਪਣਾ ਅੱਜ ਜਿਹੜਾ ਟੋਪਿਕ ਆ ਕੰਪਲੀਟ ਕਰਵਾ ਦੂੰਗਾ ਮੈਂ ਜਿਹੜੀ ਇਹ ਟੋਪਿਕ ਦੀ ਲਾਸਟ ਵੀਡੀਓ ਹੈ ਇਸ ਤੋਂ ਬਾਅਦ ਆਪਣੇ MCQ ਤਿਆਰ ਕਰਕੇ ਰਾਤ ਨੂੰ ਤਾਂ ਸਵੇਰ 10 11 ਵਜੇ ਦੇ ਆਸ-ਪਾਸ ਵੀਡੀਓ ਅਪਲੋਡ ਕਰ ਦੂੰਗਾ ਜੇ ਤੁਸੀਂ ਲਾਈਵ ਦੇਖਣੀ ਹੈ ਤਾਂ ਲਾਈਵ ਮੈਨ ਦੱਸ ਦਿਓ ਜੇ ਤੁਸੀਂ ਵੀਡੀਓ ਅਪਲੋਡ ਕਰਦਾ ਹੁੰਦਾ ਜਿਵੇਂ ਮੈਂ ਪਹਿਲਾਂ ਹੋਵੇ ਕਰ ਦੂੰਗਾ ਜਿਵੇਂ ਤੁਹਾਨੂੰ ਠੀਕ ਲੱਗੇ ਮੈਨੂੰ ਕਮੈਂਟ ਕਰਕੇ ਜਰੂਰ ਦੱਸ ਦਿਓ ਉਸ ਤੋਂ ਬਾਅਦ ਇੱਕ ਕਮਿਊਨਿਟੀ ਪਾਈ ਹੋਈ ਆ ਤੁਸੀਂ ਚੈਨਲ ਤੇ ਦੇਖ ਸਕਦੇ ਆ ਕਿ ਇਹਦੇ ਵਿੱਚ ਮੈਂ ਪੁੱਛਿਆ ਸੀ ਐਮਸੀਕਿਊ ਥਿਊਰੀ ਦੇ ਦੋ ਪਾਧ ਕਰਵਾਇਆ ਕਰਾਂਗੇ ਥਿਊਰੀ ਨਾ ਕਰਵਾ ਕੇ ਸਿੱਧੇ ਐਮਸੀਕਿਊ ਕਰਵਾ ਦਿਆ ਕਰਾਂ ਜਿਵੇਂ ਹੁਣ ਮੈਂ ਤੁਹਾਨੂੰ ਥਿਊਰੀ ਕਰਵਾ ਰਿਹਾ ਹਾਂ ਇਹ ਤੋਂ ਬਾਅਦ ਐਮਸੀਕਿਊ ਕਰਵਾਉਂਗਾ ਕਿ ਸਿੱਧੇ ਤੁਹਾਨੂੰ ਐਮਸੀਕਿਊ ਕਰਵਾ ਦਿਆ ਕਰਾਂ ਉਸੇ ਟੌਪਿਕ ਦੇ ਨਾਲ ਰਿਲੇਟਡ ਤੇ 88 ਜਣਾਂ ਨੇ ਵੋਟ ਕੀਤਾ 53% ਵੋਟ ਆਏ ਆ ਜਿਹੜੇ ਥਿਊਰੀ ਪਹਿਲਾਂ ਪੜ੍ਹਾਉਂਦੇ ਆਏ ਆ ਤੇ ਜਿਹੜੇ 47 ਹੈ ਉਹ ਇਕੱਲੇ MCQ ਦੇ ਆਏ ਆ ਰਾਜ ਰਾਤ ਦਾ ਟਾਈਮ ਹੈਗਾ ਤੁਹਾਡੇ ਕੋਲੇ ਮਤਲਬ 12 1 2 ਵਜੇ ਤੱਕ ਤੁਸੀਂ ਵੋਟ ਕਰ ਸਕਦੇ ਆ ਜਿਹੜੇ ਮੈਨੂੰ ਜ਼ਿਆਦਾ ਲੱਗੇ ਵੋਟ ਆਏ ਸਾਨੂੰ ਠੀਕ ਹੈ ਅਸੀਂ ਉਵੇਂ ਹੀ ਫਿਰ ਅਪਡੇਟ ਕਰਿਆ ਕਰਾਂਗੇ ਤਾ ਅੱਗੋਂ ਹੁਣ ਆਪਾਂ ਟੋਪਿਕ ਕਰਨਾ ਹੈ ਆਹ ਲਾਸਟ ਵਾਲਾ ਹੈਗਾ ਜਿਹੜਾ ਪੰਜਾਬ ਦੀਆਂ ਪੰਗੋਲੀ ਵਿਸ਼ੇਸ਼ਤਾਵਾਂ ਹੈ ਜਿਹੜਾ ਉਹਨਾਂ ਦਾ ਇਤਿਹਾਸ ਤੇ ਕੀ ਪ੍ਰਭਾਵ ਪੈਂਦਾ ਪੰਗੋਲੀ ਵਿਸ਼ੇਸ਼ਤਾ ਆਪਾਂ ਬਸ ਸਾਰੀਆਂ ਕੰਪਲੀਟ ਕਰ ਲੀਆਂ ਪਿਛਲੀਆਂ ਵੀਡੀਓ ਵੇਖ ਸਕਦੇ ਸੱਤ ਵੀਡੀਓ ਅਪਲੋਡ ਹੋ ਚੁੱਕੀਆਂ ਐ ਐਸਐਸਟੀ ਨੂੰ ਲੈ ਕੇ ਇੱਕੋ ਟੋਪਿਕ ਤੇ ਕਿ ਪੰਜਾਬ ਦੀਆਂ ਪੰਗੋਲਿਕ ਵਿਸ਼ੇਸ਼ਤਾਵਾਂ ਕਿਹੜੀਆਂ-ਕਿਹੜੀਆਂ ਤੇ ਹੁਣ ਇਤਿਹਾਸ ਤੇ ਉਹਨਾਂ ਦਾ ਪ੍ਰਭਾਵ ਕੀ ਪੈਂਦਾ ਇਸ ਟੋਪਿਕ ਦੇ ਵਿੱਚ ਕਲੀਅਰ ਕਰਾਂਗੇ ਆਪਣੇ ਕੋਲ ਫਸਟ ਕੀ ਹੈ ਪੰਜਾਬ ਭਾਰਤ ਦਾ ਪ੍ਰਵੇਸ਼ ਦੁਆਰ ਹੈ ਇਹ ਸਭ ਨੂੰ ਪਤਾ ਹੈ ਜਿਹੜਾ ਪੰਜਾਬ ਹੈ ਉਹ ਭਾਰਤ ਦਾ ਪ੍ਰਵੇਸ਼ ਦੁਆਰ ਹੈ ਇਨ ਐਕਸਪਲੇਨ ਕਰ ਲੋ ਤਿੰਨ ਚਾਰ ਲਾਈਨਾਂ ਮੋਸਟ ਇੰਪੋਰਟੈਂਟ ਰੱਖਿਆ ਕਰੋ ਉੱਪਰ ਜਿਹੜੇ ਬਾਕੀ ਰੀਡ ਆਊਟ ਕਰਿਆ ਕਰੋ ਪਰ ਉਹਨਾਂ ਨਾਲ ਇਹਨਾਂ ਧਿਆਨ ਨਾ ਦਿਆ ਕਰੋ ਜਿਹੜਾ ਤੁਹਾਨੂੰ ਲੱਗਦਾ ਫਾਲਤੂ ਹੈ ਪੰਜਾਬ ਦੀਆਂ ਪੰਗੋਲੀਕ ਵਿਸ਼ੇਸ਼ਤਾਵਾਂ ਦਾ ਇਸ ਦੀ ਤਰਤੀ ਤੇ ਇਤਿਹਾਸ ਉੱਤੇ ਡੂੰਗਾ ਪ੍ਰਭਾਵ ਪੈਂਦਾ ਹੈ ਪਿਆਰਿਆ ਠੀਕ ਹੈ ਇਸ ਦੀ ਪੰਗੋਲੀਕ ਸਥਿਤੀ ਨੇ ਇਸ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਬਣਾ ਦਿੱਤਾ ਜਿਹੜੀ ਪੰਗੋਲੀਕ ਸਥਿਤੀ ਉਹਨੂੰ ਪ੍ਰਵੇਸ਼ ਦੁਆਰ ਬਣਾਤਾ ਹੈ ਕਿਉਂ ਕਿ ਪੰਜਾਬ ਦੇ ਉੱਤਰ ਪੱਛਮ ਵਿੱਚ ਕੀ ਸਥਿਤ ਹੈ ਹਿਮਾਲਿਆ ਪਰਬਤ ਜਿਹੜਾ ਕੰਧ ਦਾ ਕੰਮ ਕਰਦਾ ਹੈ ਜਦੋਂ ਵੀ ਹਮਲਾਵਰ ਆਏ ਹੈ ਯੂਰੋਪੀ ਇਸੇ ਰਾਹੀਂ ਕਿਸਮਤ ਜਮੂਨ ਆਈ ਹੈ ਕਿ ਭਾਰਤ ਤੇ ਕਿਵੇਂ ਨਾ ਕਿਵੇਂ ਅਟੈਕ ਕਰਕੇ ਤੇ ਉਹਨਾਂ ਦੇ ਕਬਜ਼ਾ ਕਰ ਲਿਆ ਜਾਵੇ ਦਰਾ ਖੈਬਰ ਪੰਜਾਬ ਵਿੱਚ ਓਨਲੀ ਸਿੱਧਾ ਰਾਹ ਸੀ ਅਤੇ ਇਸ ਨੂੰ ਸਹਿਜੇ ਹੀ ਪਾਰ ਕੀਤਾ ਜਾ ਸਕਦਾ ਸੀ ਸੁਲੇਮਾਨ ਅਤੇ ਕਿਰਥਾਰ ਦੀਆਂ ਪਹਾੜੀਆਂ ਤੇ ਦਰਿਆ راہੀ ਮੱਧ ਏਸ਼ੀਆ ਤੋਂ ਸਿਕੰਦਰ ਤੋਂ ਲੈ ਕੇ ਸ਼ਾਹ ਜਹਾਂਮਾਨ ਤੱਕ ਸਾਰੇ ਵਿਦੇਸ਼ੀ ਹਮਲਾਵਰ ਪੰਜਾਬ ਉੱਤੇ ਹਮਲਾ ਕਰਦੇ ਰਹੇ ਜਿਹੜੇ ਸਾਰੇ ਹਮਲਾਵਰ ਆ ਉਹ ਪੰਜਾਬ ਤੋਂ ਹੀ ਸਟਾਰਟਿੰਗ ਕਰਦੇ ਸੀਗੇ ਤੇ ਭਾਰਤ ਦੇ ਵਿੱਚ ਐਂਟਰ ਕਰ ਲੈਂਦੇ ਸੀਗੇ ਸਿੱਧੇ ਵਜੋਂ ਪੰਜਾਬੀਆਂ ਨੂੰ ਸਭ ਤੋਂ ਵੱਧ ਹਮਲਾਵਰਾਂ ਨਾਲ ਟਕਰਾ ਕਰਨਾ ਪਿਆ ਜਿਹੜੀਆਂ ਮਹਾਨ ਲੜਾਈਆਂ ਠੀਕ ਹੈ ਉਹ ਵੀ ਇੱਥੇ ਪੰਜਾਬ 'ਚ ਹੀ ਸ਼ੁਰੂ ਹੋਈਆਂ ਸੀਗੀਆਂ ਜਾਂ ਪੰਜਾਬ 'ਚ ਹੀ ਲੜੀਆਂ ਗਈਆਂ ਜਿਵੇਂ ਤਰਾਇਨ ਦੀ ਇਹਨੂੰ ਤਰਾਵੜੀ ਦੀ ਲੜਾਈ ਵੀ ਕਹਿੰਦੇ ਨੇ ਦੋਵੇਂ ਲੜਾਈਆਂ ਪਾਣੀਪੱਦੀਆਂ ਤਿੰਨੇ ਲੜਾਈਆਂ ਜਿਹੜੀਆਂ ਲੜੀਆਂ ਗਈਆਂ ਇਸ ਤਰ੍ਹਾਂ ਆਪਣੀ ਭੂਗੋਲਿਕ ਸਥਿਤੀ ਦੇ ਕਾਰਨ ਪੰਜਾਬ ਨੂੰ ਆਮ ਤੌਰ ਤੇ ਬਿਤੇਸ਼ੀ ਹਮਲਿਆਂ ਦਾ ਸ਼ਿਕਾਰ ਹੋਣਾ ਪਿਆ ਹੁਣ ਫਸਟ ਪੁਆਇੰਟ ਕਲੀਅਰ ਹੋ ਗਿਆ ਸਾਰਿਆਂ ਨੂੰ ਕਿਹੜਾ ਪ੍ਰਵੇਸ਼ ਦੁਆਰ ਹੈ ਪ੍ਰਵੇਸ਼ ਦੁਆਰ ਹੋਣ ਦੇ ਕਾਰਨ ਇਹਦੇ ਵਿੱਚ ਕੀ ਹੈ ਜਿੰਨੇ ਵੀ ਹਮਲੇ ਹੋਏ ਐ ਇੱਥੋਂ ਹੀ ਸਟਾਰਟਿੰਗ ਹੁੰਦੇ ਐ ਮੋਸਟਲੀ ਠੀਕ ਹੈ ਯੂਰਪੀਨੀਆਂ ਨੂੰ ਛੱਡ ਕੇ ਜਿਹੜੇ ਬਾਕੀ ਸਾਰੇ ਹਮਲੇ ਹਮਲਾਵਰ ਆ ਉਹ ਸਾਰੇ ਇੱਥੋਂ ਹੀ ਐਂਟਰ ਕਰਦੇ ਐ ਪੰਜਾਬ ਦੇ ਵਿੱਚੋਂ ਤੇ ਕਰਦੇ ਸੀ ਪੰਜਾਬ ਦੇ ਦਰਿਆਵਾਂ ਦਾ ਪ੍ਰਭਾਵ ਜਿਹੜੇ ਪੰਜਾਬ ਦੇ ਦਰ ਪੰਜਾਬ ਦੇ ਦਰਿਆਵਾਂ ਨੇ ਇਸ ਦੇ ਇਤਿਹਾਸ ਉੱਤੇ ਡੂੰਘਾ ਪ੍ਰਭਾਵ ਪਾਇਆ ਇਹ ਦਰਿਆ ਲਗਭਗ ਸਾਰਾ ਸਾਲ ਵਗਦੇ ਰਹਿੰਦੇ ਆ ਤੇ ਇਸ ਸੀਮਾ ਦਾ ਕੰਮ ਕਰਦੇ ਆ ਸਮਝ ਗਏ ਗੱਲ ਕੀ ਇਹ ਜਿਹੜੇ ਦਰਿਆ ਵਗਦੇ ਆ ਸੀਮਾ ਦਾ ਕੰਮ ਕਰਦੇ ਆ ਅੱਜ ਵੀ ਜਿਹੜਾ ਰਾਵੀ ਦਰਿਆ ਹੈ ਉਹ ਆਪਣੇ ਹਿੰਦ ਤੇ ਪਾਕ ਦੀ ਸੀਮਾ ਦਾ ਕੰਮ ਕਰ ਰਿਹਾ ਅੱਗੇ ਲਾਈਨ ਆਊਗੀ ਇਹਦੇ ਵਿੱਚ ਸਤਲੁਜ ਦਰਿਆ ਅੰਗਰੇਜ਼ਾਂ ਦਾ ਮਾਰਾ ਜਰਨਜੀਤ ਸਿੰਘ ਦੇ ਵਿਚਕਾਰ ਸੀਮਾ ਦਾ ਕੰਮ ਕਰਦਾ ਸੀ ਅੱਜ ਵੀ ਰਾਵੀ ਦਰਿਆ ਜਿਹੜਾ ਕੁਝ ਪਾਕ ਹਿੰਦ ਪਾਕ ਸੀਮਾ ਦਾ ਕੰਮ ਕਰ ਰਿਹਾ ਕਈ ਵਾਰ ਦਰਿਆਵਾਂ ਨੇ ਹਮਲਾਵਰ ਨੂੰ ਰੋਕਣ ਦਾ ਕੰਮ ਵੀ ਕੀਤਾ ਦਰਿਆ ਰਾਹੀਂ ਵਪਾਰ ਹੁੰਦਾ ਤੇ ਜਿਹੜਾ ਪੰਜਾਬ ਦੇ ਵਪਾਰ ਵਿੱਚ ਵਾਧਾ ਕਰਦੇ ਤੇ ਆਰਥਿਕ ਦਸ਼ਾ ਸੁਧਾਰੀ ਇਹਨਾਂ ਨੇ ਇਹ ਕੰਪਲੀਟ ਹੋ ਗਿਆ ਬਿਲਕੁਲ ਸਿੰਪਲ ਪੁਆਇੰਟ ਸੀਗਾ ਅੱਗੋਂ ਨੈਕਸਟ ਪੁਆਇੰਟ ਹੈਗਾ ਪੰਜਾਬੀਆਂ ਦੇ ਸੁਭਾਅ ਉੱਤੇ ਕੀ ਪ੍ਰਭਾਵ ਪਿਆ ਜਾਂਦਾ ਪੰਜਾਬੀਆਂ ਦੇ ਸੁਭਾਅ ਤੇ ਪ੍ਰਭਾਵ ਪਿਆ ਪੰਜਾਬ ਦੇ ਪੰਗੋਲਿਕ ਲੱਛਣਾਂ ਨੇ ਇੱਥੋਂ ਦੀ ਸਿਰਫ ਰਾਜਨੀਤਿਕ ਹਾਲਤਾਂ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ ਸਗੋਂ ਉਹਨਾਂ ਦਾ ਸੱਭਿਆਚਾਰ ਨੂੰ ਵੀ ਪ੍ਰਭਾਵਿਤ ਕੀਤਾ ਪੰਜਾਬੀਆਂ ਨੂੰ ਸਦਾ ਹੀ ਉੱਤਰ-ਪੱਛਮੀ ਸੀਮਾ ਤੋਂ ਹਮਲਿਆਂ ਦਾ ਡਰ ਰਹਿੰਦਾ ਸੀ ਇਸ ਲਈ ਉਹ ਸਦਾ ਹਥਿਆਰਬੰਦ ਰਹਿੰਦੇ ਸਿੱਟੇ ਵਜੋਂ ਉਹ ਜੰਗਜੂ ਅਤੇ ਬਹਾਦਰ ਬਣ ਗਏ ਪੰਜਾਬੀਆਂ ਨੂੰ ਆਪਾਂ ਨੂੰ ਟੈਗ ਵੀ ਮਿਲਿਆ ਹੈ ਕਿ ਬਹਾਦਰ ਹੁੰਦੇ ਆ ਇਸੇ ਲਈ ਭਾਰਤ ਦੀ ਏਕਤਾ ਸੁਤੰਤਰਤਾ ਤੇ 29 ਪੰਜਾਬੀਆਂ ਦੇ ਬਲ ਤੇ ਹੀ ਨਿਰਭਰ ਰਹੀ ਹੈ ਵਿਦੇਸ਼ੀਆਂ ਨਾਲ ਵਾਹ ਪੈਣ ਦੇ ਕਾਰਨ ਹੀ ਪੰਜਾਬ ਪੰਜਾਬੀ ਵਿਦੇਸ਼ੀਆਂ ਦੀਆਂ ਚੰਗੀਆਂ ਰੁਚੀਆਂ ਗ੍ਰੈਂਡ ਕਰ ਗਏ ਅਤੇ ਇਸ ਨਾਲ ਦੂਸਰੇ ਲੋਕਾਂ ਨਾਲੋਂ ਸਦਾ ਹੀ ਅੱਗੇ ਰਹਿਏ ਜਿਹੜੇ ਸਿੰਪਲ ਦੋ ਤਿੰਨ ਲਾਈਨਾਂ ਚੱਕ ਲਿਓ ਪੰਜਾਬੀ ਬਹਾਦਰ ਹੈ ਹਮਲਾਵਾਰਾਂ ਦੇ ਡਰ ਕਰਕੇ ਇਹਨਾਂ ਨੂੰ ਹਥਿਆਰਬੰਦ ਹੋਣਾ ਪਿਆ ਜਿਹੜੀ ਏਕਤਾ ਤੇ ਸੁਤੰਤਰਤਾ ਪੰਜਾਬੀਆਂ ਤੇ ਹੀ ਨਿਰਭਰ ਕਰਦੀ ਹੈ ਠੀਕ ਹੈ ਲਾਸਟ ਪੁਆਇੰਟ ਹੈ ਕਿ ਆਪਣਾ ਪੰਜਾਬ ਵਧੇਰੇ ਕਰਕੇ ਵਿਦੇਸ਼ੀ ਹਕਮਾਂ ਦੇ ਅਧੀਨ ਰਿਹਾ ਜਿਹੜਾ ਪੰਜਾਬ ਹੈ ਉਹ ਮੋਸਟਲੀ ਜਿਹੜੇ ਵਿਦੇਸ਼ੀ ਹਕਮਾਂ ਦੇ ਅਧੀਨ ਰਿਹਾ ਕਾਰਨ ਜਿਹੜੇ ਪਹਿਲੇ ਤਿੰਨ ਤੁਸੀਂ ਪੜ ਚੁੱਕੇ ਆ ਉਹੀ ਹੈ ਜਦੋਂ ਵੀ ਕਿਸੇ ਵਿਦੇਸ਼ੀ ਹਮਲਾਵਰ ਨੇ ਭਾਰਤ ਨੂੰ ਜਿੱਤਣ ਦੀ ਵਿਉਂਤ ਬਣਾਈ ਉਸਨੇ ਪਹਿਲਾਂ ਕਿੱਥੇ ਹਮਲਾ ਕੀਤਾ ਪੰਜਾਬ ਤੇ ਇਸ ਲਈ ਜਿਨੇ ਵੀ ਹਮਲਾਵਰ ਉੱਤਰ ਪੱਛਮੀ ਸਿਮਾ ਤੋਂ ਭਾਰਤ ਵੱਲ ਆਏ ਉਹਨਾਂ ਨੇ ਸਭ ਤੋਂ ਪਹਿਲਾਂ ਪੰਜਾਬ ਉੱਤੇ ਹੀ ਅਧਿਕਾਰ ਜਮਾਇਆ ਸਿਕੰਦਰ ਕੁਸ਼ਾਨ ਤੇ ਹੁਣ ਰਾਜਾਂ ਦੀ ਸਥਾਪਤੀ ਇੱਥੇ ਹੀ ਹੋਈ ਪੰਗੋਲਿਕ ਸਥਿਤੀ ਦੇ ਕਾਰਨ ਹੀ ਪੰਜਾਬ ਲਗਭਗ 150 ਬਾਰੇ ਗਜਨੀ ਰਾਜ ਦਾ ਭਾਗ ਰਿਹਾ ਅਹਿਮਦ ਸ਼ਾਹ ਅਬਦਾਲੀ ਅਤੇ ਸ਼ਾਹ ਜਮਾਨ ਪੰਜਾਬ ਉੱਤੇ ਆਪਣਾ ਹੱਕ ਜਮਾ ਕੇ ਇਸ ਨੂੰ ਅਫਗਾਨ ਦੇਸ਼ ਨਾਲ ਮਿਲਾਉਣ ਦਾ ਯਤਨ ਕਰਦੇ ਰਹੇ ਪੰਜਾਬ ਦੀ ਪੰਗੋਲਿਕ ਸਥਿਤੀ ਕਰਕੇ ਹੀ ਅੰਗਰੇਜ਼ ਪੰਜਾਬ ਵਿੱਚ ਸਭ ਤੋਂ ਮਗਰੋਂ ਪਹੁੰਚੇ ਕਿਉਂਕਿ ਅੰਗਰੇਜ਼ ਭਾਰਤ ਵਿੱਚ ਦੱਖਣ ਪੂਰਬ ਵੱਲੋਂ ਦਾਖਲ ਹੋਏ ਸਨ ਅੰਗਰੇਜ਼ ਆ ਜਿਹੜੇ ਸਭ ਤੋਂ ਪਿੱਛੇ ਪਹੁੰਚੇ ਬਾਕੀ ਰਾਜਾਂ ਨੇ ਇਧਰੋਂ ਸਭ ਤੋਂ ਪਹਿਲਾਂ ਭਾਰਤ ਨੂੰ ਜਿੱਤਣ ਤੋਂ ਪਹਿਲਾਂ ਪੰਜਾਬ ਤੇ ਕਬਜ਼ਾ ਕੀਤਾ ਅੰਗਰੇਜ਼ ਤਾਂ ਲੇਟ ਗਿਆ ਪਹੁੰਚੇ ਸੀਗੇ ਕਿਉਂਕਿ ਇਹ ਦੱਖਣ ਤੇ ਪੂਰਬ ਵੱਲੋਂ ਐਂਟਰ ਕੀਤੇ ਸੀ ਅი ਸਾਰਾ ਆਪਣਾ ਟੌਪਿਕ ਇਹ ਕੰਪਲੀਟ ਹੋ ਚੁੱਕਿਆ ਹੁਣ ਟੌਪਿਕ ਆਪਣਾ ਸੀ ਭਾਰਤ ਸੌਰੀ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਤੇ ਉਹਨਾਂ ਦਾ ਇਤਿਹਾਸ ਉੱਤੇ ਪ੍ਰਭਾਵ ਹੁਣ ਜਿਹੜੀਆਂ ਵੋਟਸ ਐ ਤੁਸੀਂ ਕਰ ਸਕਦੇ ਆ ਜਿਹੜੀਆਂ ਜ਼ਿਆਦਾ ਪਰਸੈਂਟ ਦੀਆਂ ਵੋਟ ਮਿਲੀਆਂ ਸਾਨੂੰ ਅਸੀਂ ਉਵੇਂ ਹੀ ਅਪਡੇਟ ਕਰਿਆ ਕਰਾਂਗੇ ਜਿਹਦਾ ਥਿਊਰੀ ਤੁਸੀਂ ਕਹਿੰਦੇ ਪਹਿਲਾਂ ਪੜਾਓ ਤਾਂ ਅੱਗੇ ਥਿਊਰੀ ਸ਼ੁਰੂ ਕਰਾਂਗੇ ਨਹੀਂ ਤਾਂ ਜਿਹੜੇ 8 ਪਾਰਟ ਸੀ ਇਹ ਥਿਊਰੀ ਦੇ ਲਾਸਟ ਸੀਗੇ ਫਿਰ ਅਸੀਂ ਸਿੱਧੇ MCQ ਦੇ ਦੇ ਕਰਾਂਗੇ ਜਿਵੇਂ ਤੁਹਾਨੂੰ ਠੀਕ ਲੱਗੇ ਤਾਂ ਥੋਡੇ ਕਹਿਣ ਤੇ ਹੀ ਓਵੇਂ ਹੀ ਕਰਾਂਗੇ ਅਸੀਂ ਹੁਣ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਕੱਲ ਨੂੰ ਹੁਣ MCQ ਕਰਾਵਾਂਗੇ ਸਾਰਾ ਜਿਹੜਾ ਟੌਪਿਕ ਆਪਣਾ ਕਲੀਅਰ ਹੋ ਚੁੱਕਿਆ ਹੈ ਆ ਤੁਹਾਡੇ ਸਾਹਮਣੇ ਹੈ ਤੁਸੀਂ ਕਮਿਊਨਿਟੀ ਦੇ ਵਿੱਚ ਜਾ ਕੇ ਜਿਹੜਾ ਕਮਿਊਨਿਟੀ ਲਿਖਿਆ ਹੈ ਉਹਦੇ ਵਿੱਚ ਪਹਿਲੇ ਨੰਬਰ ਤੇ ਪਿਆ ਹੋਊਗਾ ਉਹਦੇ ਤੇ ਵੋਟ ਕਰ ਦਿਓ ਜਾ ਕੇ ਥੈਂਕ ਯੂ